कमाल करी पी है आ बूटा 200 रुपए दा सिर्फ हाई चाहे कोई मर्जी ले यार अमरपाली आम भाई अमरपाली हाई यार कमाल करी वे सही देख ला किते मुड़ के हुन 200 रेट सुन के बंदा कोई आ जाए तू बाद च कहदे यार ना 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 भाई ए जे कोई चक्कर वाली गल ही नहीं होऊगा पता भाई देखो भाई अंब दा जिने बाग लगाउणा होवे ओ भी आ सकदा मरूदा दा बाग वाला भी आ सकदा जेड़ा मर्जी फलां दा बाग लगाउणा होवे आपां ला दांगे हां जी दोस्तों सारे वीरां नूं प्यार भरी सति श्री अकाल मैं तुहाडा अपना सुखी शेरगिल पिंड हरिगढ़ जिला बराला दोस्तों मलेरकोटले पहुंचे हां नर्सरियां दी दुनिया दे विच जदों मलेरकोटले चों निकल सार लुधियाने वल नूं जांदे आ ना बई तां मलेरकोटले तों किन्ना किलोमीटर बाहर होऊगा हाई किलोमीटर बाहर किलोमीटर बाहर जदों मलेरकोटले लुधियाने नूं जांदे आ भारत नर्सरी दा बोर्ड आउंदा मैं तुहानूं इधर भी दिखा लिआउणा इन्हां कोले बूटे मिलदे आ कहदे वी भरावो जिहड़ा कहिंदे वी इह समीर बई कहिंदा वी जिहड़ा रेट तुहानूं मैं दे दूं ਕਹਿੰਦਾ ਵੀ ਹੋਰ ਕੋਈ ਰੇਟ ਦੇ ਨਹੀਂ ਸਕਦਾ ਸਮੀਰ ਬਾਈ ਇਹ ਗੱਲ ਸਹੀ ਹੈ ਹਾਂ ਬਾਈ ਹੈਨਾ ਐਨ ਪੂਰੇ ਜੇ ਆਪਾਂ ਮੰਨੀਏ ਵੀ ਤੁਹਾਡੀ ਨਰਸਰੀ 2 ਕਿੱਲਿਆਂ ਦੀ ਲਵਾਈ ਹੋ ਰੋਡ ਦੀ ਹੈਨਾ ਹਾਂਜੀ ਤੇ 2 ਤੋਂ ਵੱਧ ਆ ਗਈ 2 ਤੋਂ ਵੱਧ ਹੀ ਹੋਊਗੀ ਬਾਈ ਘੱਟ ਨਹੀਂ 2 ਤੋਂ ਬਾਈ ਵੱਧ ਹੀ ਹੋਊਗੀ ਤੇ ਗੱਡੀਆਂ ਰੋਡ ਤੇ ਆਪਾਂ ਨੂੰ ਹਰ ਵਕਤ ਖੜੀਆਂ ਮਿਲ ਜਾਂਦੀਆਂ ਨੇ ਤੇ ਸਮੀਰ ਬਾਈ ਜੇ ਆਪਾਂ ਗੱਲ ਕਰੀਏ ਆਪਣੀ ਨਰਸਰੀ ਕਿੰਨੀ ਪੁਰਾਣੀ ਹੈ ਇਹ ਬਾਈ ਤਕਰੀਬਨ 50 ਸਾਲ ਪੁਰਾਣੀ ਹੋਊਗੀ 50 ਸਾਲ ਪੁਰਾਣੀ ਹਾਂ ਯਾਨੀ ਕਿ ਗੱਲ ਕਰੀਏ ਫਿਰ ਤਾਂ ਤੁਹਾਡੇ ਦਾਦਿਆਂ ਤੋਂ ਕੰਮ ਇਹੀ ਹੈ ਹਾਂ ਬਈ ਦਾਦਿਆਂ ਤੋਂ ਕੰਮ ਇਹੀ ਆ ਬੇਸਿਕਲੀ ਆਪਾਂ ਕਿੱਥੋਂ ਪੰਜਾਬ ਤੋਂ ਮਲੇਰਕੋਟਲੇ ਤੋਂ ਹੀ ਆ ਬਈ ਮਲੇਰਕੋਟਲੇ ਤੋਂ ਹੀ ਆ ਜੇ ਕਰੀਏ ਭਾਈ ਵੀ ਦਾਦਿਆਂ ਨੇ ਕੰਮ ਸ਼ੁਰੂ ਕਰਿਆ ਸੀਗਾ ਤੇ ਬਈ ਜਿਸ ਜਗ੍ਹਾ ਤੇ ਆਪਾਂ ਖੜੇ ਆ ਹਨਾ ਹਾਂ ਇਧਰਲੇ ਪਾਸੇ ਬੂਟੇ ਸਾਰੇ ਸਜਾਵਟੀ ਬੂਟੇ ਲੱਗਦੇ ਆ ਮੈਨੂੰ ਆਹ ਹਨਾ ਸਜਾਵਟੀ ਨੇ ਬਈ ਜਿਵੇਂ ਆਹ ਦੇਖ ਘਰਾਂ ਦੇ ਵਿੱਚ ਲਾਉਣ ਵਾਲੇ ਇਹ ਆਊਟਡੋਰ ਨੇਗੇ ਹਾਂ ਇਹ ਸਾਰੇ ਆਊਟਡੋਰ ਨੇ ਬਈ ਜਿਵੇਂ ਰੋਜ਼ ਹੋ ਗਿਆ ਹਾਂ ਅਜ਼ੇਲੀਆ ਗਲਾਬ ਹੋ ਗਿਆ ਕਲੀ ਹੋ ਗਿਆ ਸਾਈਪ੍ਰਸ ਹੋ ਗਈ ਠੀਕ ਹੈ ਆ ਸਟੈਂਡਿੰਗ ਮੈਜੋਰੀਨਾ ਹੋ ਗਈ ਸਣੀ ਇਹ ਸਾਰੇ ਬਈ ਕਰਕੇ ਦਿਖਾ ਦੇ ਸਾਰੇ ਭਾਈਆਂ ਨੂੰ ਤੇ ਰੇਟ ਦੀ ਇਹ ਗੱਲ ਸੱਚੀ ਆ ਗਈ ਜਿਵੇਂ ਮੈਨੂੰ ਕਿਸੇ ਵੀਰ ਨੇ ਦੱਸਿਆ ਤੇ ਛੋਡਾ ਵੀ ਇਹ ਕਹਿਣਾਗਾ ਵੀ ਰੇਟ ਛੋਡਾ ਜਮਾ ਘੱਟ ਹੈ ਰੇਟ ਬਈ ਜਮਾ ਫਰਕ ਹੋਊਗਾ ਜਮਾ ਪੂਰਾ ਨਾਲੋਂ ਜਮਾ ਫਰਕ ਹੋਊਗਾ ਬਈ ਤੇ ਜਿਵੇਂ ਆ ਬੂਟਾ ਇਹਦਾ ਨਾਂ ਕੀ ਹੈ ਇਹ ਬ੍ਰੇਕ ਕੈਜੋਰੀਨਾ ਸਟੈਂਡਿੰਗ ਆ ਕੈਜੋਰੀਨਾ ਸਟੈਂਡਿੰਗ ਆ ਇਹਦਾ ਬਾਹਰ ਕੀ ਰੇਟ ਆ ਤੁਸੀਂ ਕੀ ਰੇਟ ਦਿੰਦੇ ਹੋ ਇਹ ਬਈ ਬਾਹਰੇ 2500 ਵਿਕਦੀ ਆ ਇਹ ਹਾਂ ਆਪਾਂ ਸਿਰਫ 1400 ਦੀ ਦਿੰਦੇ ਆ ਤੁਸੀਂ ਦਿੰਦੇ ਸਿਰਫ 1400 ਦੀ ਬਾਹਰੇ 2500 ਹਾਂ ਕਮਾਲ ਇਹ ਕਿੱਡਾ ਕਮਟਾ ਹੋ ਜਾਂਦਾ ਇਹ ਬਈ ਇੰਨਾ ਕੀ ਰਹੂਗਾ ਬਸ ਇਹਨਾਂ ਲੜੀਆਂ ਗਿਰੀ ਜਾਣੀਆਂ ਨੇ ਅਸਲ ਲੜੀਆਂ ਗਿਰੀ ਜਾਂਦੀਆਂ ਨੇ ਬਾਜੀ ਵਾ ਕਮਾਲ ਦੀ ਗੱਲ ਆ ਹੈ ਤੇ ਰਹੂ ਗਮਲੇ ਜੀ ਹਾਂ ਪਾਣੀ ਦਾ ਕੋਈ ਚੱਕਰ ਨਹੀਂ ਕਿੰਨਾ ਮਰਜੀ ਹੋ ਜਾਏ ਹੈ ਬਾਜੀ ਵਾ ਕਮਾਲ ਕਰੀ ਵੀ ਆ ਤੇ ਹੋਰ ਜਿਹੜੇ ਗੁਲਾਬ ਦੇ ਪੌਦੇ ਨੇ ਮੈਨੂੰ ਦੇ ਜਾਣਕਾਰੀ ਆ ਜਾਂ ਇਧਰਲੇ ਪਾਸੇ ਬੂਟੇ ਦਿਖਾ ਦਈਏ ਆਪਾਂ ਹਨਾ ਤੇ ਬਾਈ ਤੁਹਾਨੂੰ ਸਾਰੇ ਉਹ ਕਰ ਦਈਏ ਜਿਵੇਂ ਆਹ ਨੇ ਬਾਈ ਇਹ ਟਪੋਰੀ ਆ ਗਈ ਬਾਈ ਅੱਛਾ ਇਹਦੇ ਚ ਇੱਕ ਕੋਪਰ ਆ ਜੂ ਰੈੱਡ ਕਲਰ ਠੀਕ ਹੈ ਇੱਕ 골ਡਨ ਆ ਜੂਗੀ ਇਹਦੇ ਚ ਕੋਪ ਟਪੋਰੀ ਜੀ ਤੇ ਗੁਲਾਬ ਦੀਆਂ ਵੀ ਕਈ ਪ੍ਰਜਾਤੀਆਂ ਰੱਖੀ ਖਲਾ ਹਨਾ ਇਹਨਾਂ ਵੀ ਕਈ ਪ੍ਰਜਾਤੀਆਂ ਮਿਲ ਜਾਣੀਆਂ ਘੱਟ ਤੋਂ ਘੱਟ ਵੀ ਮਿਲ ਜੂਗਾ ਬਾਈ ਵਧੀਆ ਤੋਂ ਵਧੀਆ ਵੈਰਾਈਟੀ ਵੀ ਮਿਲ ਜੂ ਗੁਲਾਬ ਦੇ ਵਿੱਚ ਅੱਛਾ ਬਾਕੀ ਇੱਧਰ ਆ ਇੰਡੋਰ ਬਾਈ ਅੱਛਾ ਇਹ ਇੰਡੋਰ ਦੇ ਸਾਰੇ ਹੈ ਸਾਰੇ ਇੰਡੋਰ ਪਲਾਂਟ ਨੇ ਇੰਡੋਰ ਚੱਲਣ ਵਾਲੇ ਹਾਂ ਬਾਜੀ ਵਾ ਕਮਾਲ ਕਰੀ ਪਿਆ ਹੈ ਆ ਜਾ ਬਾਈ ਇੱਧਰ ਦੀ ਘੁੰਮਦੇ ਹੋਏ ਉਧਰਲੇ ਪਾਸੇ ਦੀ ਆਵਾਂਗੇ ਤੇ ਇਹ ਕੀ ਰੇਟ ਦੇ ਬੂਟੇ ਆ ਗਏ ਬਾਈ ਜਿਹੜੇ ਬਾਈ ਸਾਰੇ ਕਿਸੇ ਅਲੱਗ-ਅਲੱਗ ਰੇਟ ਨੇ ਸਾਰਿਆਂ ਦੇ ਅੱਛਾ ਕੋਈ 100 ਰੁਪਏ ਕੋਈ 50 ਰੁਪਏ ਕੋਈ 40 ਰੁਪਏ ਹਾਈਟ ਦਾ ਵੀ ਹਿਸਾਬ ਹੁੰਦਾ ਜਿਵੇਂ ਬਾਹਰ ਹਾਈਟ ਦੇ ਹਿਸਾਬ ਨਾਲ ਬੂਟਾ ਮਿਲੂਗਾ ਜਿਹੜਾ ਇਹ ਬੂਟਾ ਆ ਬਾਈ 100 ਰੁਪਏ ਦਾ ਆ ਇਹ 100 ਰੁਪਏ ਦਾ ਛੋਟਾ 50 ਰੁਪਏ ਦਾ ਮਿਲੂ ਬਾਜੀ ਵਾ ਕਮਾਲ ਕਰੀ ਵੀ ਆ ਹੈ ਤੇ ਜਿਹੜਾ ਆ ਬੂਟਾ ਬਾਈ ਇਹ ਬੂਟਾ ਬੜਾ ਲਿਆ ਦਿਆ ਲੋਕ ਸਾਈਪ੍ਰਸ ਆ ਬਾਈ ਸਾਈਪ੍ਰਸ ਆ ਹਾਂ ਇਹ ਉੱਚਾ ਬਹੁਤ ਹੋ ਜਾਂਦਾ ਹੈ ਇਹ ਗ੍ਰੀਨ ਸਾਈਪ੍ਰਸ ਆ ਇੱਕ ਇਹਦੇ ਚ 골ਡਨ ਮਿਲ ਜੂਗੀ ਬਾਈ ਜਿਹੜੀ ਇਹ ਆ 100 ਰੁਪਏ ਦੀ ਆ ਇਹ 100 ਰੁਪਏ ਦੀ ਕਿੰਨੀ ਹੋਊ ਬਲੇ ਸਵਾ ਕੁ ਫੁੱਟ ਦੀ 1.5 ਫੁੱਟ ਵੀ ਆਈ ਹੈ 1.5 ਫੁੱਟ ਦੀ ਮੰਨ ਲਾ ਹੈ ਅੱਛਾ ਤੇ ਇਹਦੇ ਵਿੱਚ ਵੱਡੇ ਆ ਗਏ 골ਡਨ ਇਹ 골ਡਨ ਸਾਈਪ੍ਰਸ ਆ ਗਈ ਇਹ 골ਡਨ ਸਾਈਪ੍ਰਸ ਬੜਾ ਸਾਈਜ਼ ਆ ਬਾਈ 5-6 ਫੁੱਟ ਵਾਲੀ ਅੱਛਾ ਇਹਦਾ ਕੀ ਰੇਟ ਹੈਗਾ ਇਹ ਬਾਈ ਮਿਲੂਗੀ ਤੁਹਾਨੂੰ 750 ਰੁਪਏ ਦੀ 750 ਰੁਪਏ ਦਾ ਹੈ ਆ ਜਾਓ ਬਾਈ ਨਰਸਰੀ ਬੜੀ ਵੱਡੀ ਹੈ ਤੇ ਆ ਦੇਖ ਬਾਈ ਨਿੰਬੂ ਸਣੀ ਦੇਖ ਬਾਈ ਛੋਟੇ ਛੋਟੇ ਨਿੰਬੂਆਂ ਦੇ ਬੂਟੇ ਨੇ ਇਹ ਨਾ ਹਾਈ ਕਮਾਲ ਕਰੀ ਪਿਆ ਯਾਰ ਹੈ ਸਵਾ ਫੁੱਟ ਦੇ ਬੂਟੇ ਨਿੰਬੂ ਕਿਹੜਾ ਇਹ ਕਾਗਜ਼ੀ ਨਿੰਬੂ ਆ ਇਹ ਨਰੰਗੀ ਆ ਬਾਈ ਨਰੰਗੀ ਸਾਲ ਭਰ ਫਰੂਟ ਦਿੰਦਾ ਇਹ ਹਾਂ ਸਾਲ ਭਰ 12 ਮਹੀਨੇ ਫਰੂਟ ਹੋਊਗਾ ਬਾਈ ਅੱਛਾ ਇਹਦਾ ਰੇਟ ਕੀ ਆ ਬਾਈ ਇਹਦਾ ਰੇਟ ਆ ਬਾਈ 60 ਰੁਪਏ 60 ਰੁਪਏ ਆ ਜਾ ਬਾਈ ਮੇਰੇ ਨਾਲ ਆ ਜਾ ਭਰਾਵਾ ਆ ਦੇਖੋ ਬਾਈ ਮਿਹਨਤ ਇੱਥੇ ਬਾਈ ਹੁਰੀ ਨੇ ਕੰਮ ਕਰਦੇ ਸਲਾਮ ਵਾਲੇਕੁਮ ਬਸ ਬਾਈ ਜਿਉਂਦਾ ਬਖਦਾ ਰਹੇ ਧੰਨਵਾਦ ਆ ਰੋਟੀ ਹੀ ਹੈ ਸਾਡੇ ਵੀਰਾਂ ਨੂੰ ਬੂਟੇ ਬਾਟੇ ਵਧੀਆ ਰੇਟਾਂ ਤੇ ਦੇ ਦਿਆ ਕਰੋ ਬਾਈ ਮੋਰ ਬਾਂਕੀ ਆ ਗਈ 골ਡਨ
ਅੱਛਾ ਮੋਰ ਪੰਖੀ ਗੋਲਡਨ ਪਾਰਕਾਂ ਦੇ ਵਿੱਚ ਲਾਉਣ ਹੁੰਦੀ ਆ ਬਾਈ ਅੱਛਾ ਮਤਲਬ ਜਿਹੜੇ ਘਰਾਂ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਪਾਰਕ ਬਣਦੇ ਨੇ ਬਾਈ ਉਹਦੇ ਵਾਸਤੇ ਉਹਦੇ ਵਾਸਤੇ ਹਾਂ ਆ ਪਾਮਾਂ ਦੀਆਂ ਵੈਰਾਈਟੀਆਂ ਪਈਆਂ ਨਾ ਸਾਈਪ੍ਰਸ ਆ ਗਿਆ ਸਾਰਾ ਵੀਰ ਉਹ ਫੋਨਿਕਸ ਪੰਪ ਆ ਉਧਰ ਅੱਛਾ ਆ ਵਾਸ਼ਿੰਗਟੋਨੀਆ ਆ ਜੋ ਬਾਈ ਦਿਖਾ ਦਈਏ ਯਾਰ ਮੈਂ ਕਹਿੰਦਾ ਕਮਾਲ ਦੀ ਗੱਲ ਯਾਰ ਐ ਨਹੀਂ ਸਮਝ ਆਉਂਦੀ ਵੀ ਕਿੱਧਰ ਨੂੰ ਜਾਈਏ ਕਿੱਧਰ ਛੱਡੀਏ ਬਾਜੀ ਵਾਹ ਗੁਲਾਬ ਆ ਹੈ ਹਾਂ ਇਹਦਾ ਕੀ ਨਾਮ ਆ ਗਿਆ ਇਹ ਬਾਈ ਪਿੰਕ ਰੋਜ਼ ਆ ਬਾਈ ਪਿੰਕ ਜਿਹੜਾ ਗਾਣਾ ਚ ਹੁੰਦਾ ਵੀ ਤੂੰ ਪਿੰਕ ਰੋਜ਼ ਵਰਗੀ ਹੈ ਹਾਏ 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 ਨਜ਼ਾਰੇ ਲਿਆਦੇ ਯਾਰ ਤੂੰ ਤੇ ਆਹਾ ਮਿਰਚਾਂ ਮੁਰਚਾਂ ਆ ਗਈਆਂ ਹਾਏ ਮਿਰਚਾਂ ਆ ਗਈਆਂ ਅਸਾਂ ਵੀ ਕੁੱਲ ਚੀਜ਼ ਮਿਲਦੀ ਆ ਤੁਹਾਡੇ ਕੋਲੇ ਬਾਜੀ ਵਾ ਰੇਟ ਵਾਲਾ ਮੈਨੂੰ ਦੱਸਦੇ ਵੀ ਕੱਲੀ ਕੱਲੀ ਚੀਜ਼ ਦਾ ਰੇਟ ਪੁੱਛਣਾ ਮੈਨੂੰ ਔਖਾ ਕਿਉਂ ਸਮਾਂ ਵਾਲਾ ਲੱਗ ਜੂ ਤੇ ਜਿਵੇਂ ਆਹ ਚੀਜ਼ਾਂ ਨੇ ਬਾਈ ਫੁੱਲ ਇਹ ਤਾਂ ਬਾਈ ਦਸ ਦਸ ਰੁਪਏ ਆਹ ਦਸ ਦਸ ਰੁਪਏ ਦੇ ਬਸ ਬਾਜੀ ਵਾ ਕਮਾਲ ਕਰੀ ਵੀ ਸੀਜ਼ਨਲ ਨੇ ਬਾਈ ਸੀਜ਼ਨਲ ਚੱਲਣਗੇ ਤੇ ਆਹ ਕਿਹੜਾ ਗੁਲਾਬ ਆ ਗਿਆ ਇਹ ਵੀ ਉਹੀ ਆ ਬਾਈ ਪਿੰਕ ਵਾਲਾ ਉਹੀ ਪਿੰਕ ਵਾਲਾ ਹੈ ਕਮਾਲ ਕਰੀ ਪਈ ਆ ਇਹਨੂੰ ਕਿਹੜਾ ਪਾਮ ਕਹਿੰਦੇ ਆ ਪਾਮ ਆ ਬਈ ਇਹ ਫਨਿਕਸ ਪਾਮ ਆ ਫਨਿਕਸ ਪਾਮ ਆ ਇਹ ਕਿੰਨੇ ਸਮ ਬਸ ਹਾਈ 150 ਦਾ ਹਾਈ ਕਮਾਲ ਕਰੀ ਪਈ ਆ ਯਾਰ ਹੈ ਤੇ ਆਹ ਇਹ ਮੱਛੀ ਪਾਮ ਆ ਗਿਆ ਇਹ ਫਿਸ਼ ਪਾਮ ਅੱਛਾ ਆਰ ਬੀਨੀਆ ਪਾਮ ਆ ਇਹਦਾ ਰੇਟ ਵੀ ਨਾਲ ਹੁੰਦੇ ਦੱਸ ਦਿਆ ਕਰ ਇਹ 150 ਬਈ ਉਹ ਬਾਸ਼ੰਟੋਨੀਆ ਪਿਆ ਆ ਆ 150 ਦੇ ਤੇ ਉਹ ਕੀ ਰੇਟ ਮਿਲਦੇ ਜਿਹੜੇ ਬੰਦੇ ਦੇ ਬਈ ਇਹ 200 250 ਰੁਪਏ ਮਿਲਦਾ ਸੋ ਉਹ ਇੰਨਾ ਰੇਟ ਹੁੰਦਾਗਾ ਹਾਈ ਬਾਜੀ ਵਾ ਕਮਾਲ ਕਰੀ ਤੇ ਆਹ ਕੜੀ ਪੱਤਾ ਇਹ ਕੜੀ ਪੱਤਾ ਆ ਗਈ ਹਰੇਕ ਚੀਜ਼ ਮੈਂ ਕਹਿੰਦਾ ਤੂੰ ਮੈਨੂੰ ਐਂ ਦੱਸ ਵੀ ਤੇਰੇ ਕੋਲ ਇੱਥੇ ਹੈ ਕੀ ਨਹੀਂ ਜੇ ਐਂ ਗੱਲ ਕਰੀਏ ਬਈ ਕੋਈ ਇਹ ਜੀ ਚੀਜ਼ ਹੋਣੀ ਨਹੀਂ ਜਿਹੜੀ ਨਾ ਹੋਵੇ ਜਿਹੜੀ ਨਾ ਹੋਵੇ ਹਾਈ ਭਰਾਵੋ 40-50 ਸਾਲ ਪੁਰਾਣੀ ਹੈ ਆਹ ਪਾਮ ਦੂਜਾ ਗਿਆ ਹੈ ਜਿੱਥੇ ਫੋਟੋ ਵਿਆਹਾਂ ਦੇ ਵਿੱਚ ਬਈ ਆਪਣੀਆਂ ਧੀਆਂ ਭੈਣਾਂ ਹਨਾ ਜਾਂ ਮੈਨੂੰ ਕਈ ਵਾਰ ਆਪਣੀ ਮਨਪ੍ਰੀਤ ਨੇ ਕਿਹਾ ਗਾ ਸਾਡੀ ਨੇ ਤੇ ਕਹਿੰਦੀ ਵੀ ਚਲੋ ਵੀ ਇਹਦੇ ਕੋਲ ਫੋਟੋ ਖਿਚਾਈਏ ਇਸੇ ਕਰਕੇ ਮੈਂ ਇਹ ਸਾਡੇ ਖੇਤ ਦੇ ਵਿੱਚ ਲਾਇਆ ਇਹਦਾ ਕੀ ਰੇਟ ਹੈ ਇਹ ਬਈ ਹੋਊਗਾ 120 ਰੁਪਏ ਦਾ 120 ਦਾ ਹਾਂ ਚਲ ਆਇਆ ਵੀ ਮੈਂ ਤਾਂ ਤੁਹਾਨੂੰ ਹਾਈਟਾਂ ਬਾਈ ਇਹਦੇ 'ਚ ਅਲੱਗ ਅਲੱਗ ਹਾਈਟਾਂ ਵੀ ਮਿਲ ਜਾਣਗੀਆਂ ਠੀਕ ਹੈ ਠੀਕ ਹੈ ਠੀਕ ਹੈ ਪਰ ਐਂ ਬਈ ਇਹੋ ਜਿਹਾ ਬੂਟਾ ਆਪਾਂ ਨੂੰ 400 ਤੋਂ ਘੱਟ ਨਹੀਂ ਮਿਲਦਾ ਨਹੀਂ ਅੰਬ ਆ ਗਈ ਕਹਿੰਦੇ ਬਈ ਮਿੱਤਰੋ ਕਹਿੰਦੇ ਅੰਬ ਚੂਰ ਨਾਲ ਭਰਿਆ ਹੋਇਆ ਬਾਈ ਬੂਰ ਦੇਖੋ ਬਾਈ ਫਲ ਆਇਆ ਪਿਆ ਹੈ ਤੇ ਜੇ ਗੱਲ ਕਰੀਏ ਮੈਥੋਂ ਵੱਡਾ ਹਨਾ ਹਾਂਜੀ 6 ਫੁੱਟ ਤੋਂ ਉੱਪਰ ਜਾਂਦਾ ਹਾਂਜੀ ਤੇ ਇਹਦਾ ਕੀ ਰੇਟ ਆ ਬਾਈ ਇਹ ਬਾਈ ਪਊਗਾ ਤੁਹਾਨੂੰ 200 ਰੁਪਏ ਦਾ ਬੂਟਾ ਕਿੰਨੇ ਦਾ 200 ਰੁਪਏ ਦਾ ਆਹਾ ਹਾਂਜੀ ਯਾਰ ਚੱਕ ਲੈ ਹਾਂਜੀ ਹਾਂ ਯਾਰ ਮੈਂ ਕਹਿੰਦਾ ਕਮਾਲ ਕਰੀ ਪਈ ਹੈ ਆਹ ਬੂਟਾ 200 ਰੁਪਏ ਦਾ ਸਿਰਫ ਹਾਂਜੀ ਚਾਹੇ ਕੋਈ ਮਰਜ਼ੀ ਲੈ ਜਾ ਅਮਰਪਾਲੀ ਆਂ ਬਾਈ ਅਮਰਪਾਲੀ ਹਾਂਜੀ ਯਾਰ ਕਮਾਲ ਕਰੀ ਬਈ ਸਹੀ ਦੇਖ ਲੈ ਕਿਤੇ ਮੁੜ ਕੇ ਹੁਣ 200 ਰੇਟ ਸੁਣ ਕੇ ਬੰਦਾ ਕੋਈ ਆ ਜਾਏ ਤੂੰ ਬਾਅਦ ਚ ਕਹਦੇ ਯਾਰ ਦਾ ਨਾ ਨਾ ਬਈ ਇਹ ਜੇ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੋਊਗੀ ਅੱਛਾ ਗੱਡੀਆਂ ਭਰ ਭਰ ਆਉਂਦੀਆਂ ਨੇ ਕਿ ਜਾਂਦੀਆਂ ਨੇ ਬਾਈ ਇਹ ਅੱਛਾ ਹੋਲਸੇਲ ਵੀ ਕਰਦੇ ਹੋ ਹੋਲਸੇਲ ਹੋਲਸੇਲ ਮਾਲ ਜਾਂਦਾ ਬਈ ਵੀ ਜਿਵੇਂ ਕਿਸੇ ਨਰਸਰੀ ਵਾਲੇ ਨੇ ਸੋਥੋਂ ਮਾਲ ਲੈਣਾ ਹੈ ਹਾਂ ਲਿਜਾ ਸਕਦਾ ਬਾਈ ਹੋਲਸੇਲ ਰੇਟ ਤੇ ਹੋਲਸੇਲ ਰੇਟ ਤੇ ਭਰਾਵੋ ਇਹ ਵੀ ਗੱਲ ਬੜੀ ਵਧੀਆ ਵੀ ਜੇਕਰ ਕਿਸੇ ਵੀਰ ਨੇ ਕੰਮ ਸ਼ੁਰੂ ਕਰਨਾ ਆਪਾਂ ਕਹਿ ਦਈਏ ਹਨਾ ਤਾਂ ਇਹਨਾਂ ਤੋਂ ਹੋਲਸੇਲ ਰੇਟਾਂ ਤੇ ਵੀ ਬੂਟੇ ਲਿਆ ਸਕਦਾ ਆਹ ਕੀ ਆਓ ਬਾਈ ਇਹ ਤਾਂ ਬੜਾ ਸੋਹਣਾ ਲੱਗਦਾ ਯਾਰ ਕੋਈ ਆਹ ਦਿਖਾਓ ਯਾਰ ਇਹ ਚੀੜ ਦਾ ਬੂਟਾ ਬਾਈ ਚੀਲ ਚੀਲ ਜਿਹੜੀ ਚੀਲ ਦੀ ਲੱਕੜ ਵਰਤੀ ਜਾਂਦੀ ਹੈ ਘਰਾਂ 'ਚ ਹਾਂ ਇਹ ਆਪਣੇ ਵੀ ਹੋ ਜਾਂਦਾ ਹੈ ਹੈ ਹਾਂ ਯਾਰ ਦੇ ਪੈ ਦੇ ਨਾਲ ਦੇ ਟਕੋਰੀ ਕਮਾਲ ਕਰੀ ਵੀ ਭਰਾਵਾ ਯਾਰ ਤੇ ਆ ਸਾਰੇ ਨਿੰਬੂ ਜਾਤੀ ਨਿੰਬੂ ਆ ਗਿਆ ਬਹੁਤ ਸਾਰੀ ਦਿਖਾ ਲਿਆ ਕਰੋ ਇੱਧਰ ਮੈਂ ਕਹਿੰਦਾ ਸੁਣੇ ਨਰਸਰੀ ਯਾਰ ਬਾਵਾ ਕਿੱਲਿਆਂ 'ਚ ਹੋਣੀ ਹੈ ਹੈ ਹਾਂਜੀ ਬਾਜੀ ਵਾਹ ਇਹਦੀ ਭਾਈ ਤੈਨੂੰ ਇੱਕ ਹੋਰ ਫੰਕਸ਼ਨ ਦੱਸਦਾ ਇਹਦੇ ਇਹ ਐਂ ਵੀ ਨਿਕਲ ਜਾਂਦਾ ਹੈ ਵੀ ਆਪਾਂ ਨੂੰ ਐਂ ਕਰਕੇ ਵੀ ਦਿਖਾ ਸਕਦੇ ਹਾਂ ਕਿ ਵੀ ਸਾਰਾ ਦੇਖੋ ਬਾਈ ਨਰਸਰੀ ਇਹਨਾਂ ਦੀ ਲੈ ਵੀ ਲੈ ਆ ਜਾ ਜਵਾਨਾ ਤੇ ਫੜ ਲਾ ਭਾਈ ਸਾਡੇ ਬੰਦੇ ਨੂੰ ਅਸੀਂ ਤੇ ਆਹ ਬੂਟੇ ਦਾ ਕੀ ਰੇਟ ਰੂਟ ਹੋਊਗਾ ਮਸੰਮੀ ਬਈ ਆਹ ਮਸੰਮੀ ਪਿਆ ਸੰਤਰਾ ਪਿਆ ਆ ਹਾਂ ਉਧਰੋਂ ਨਿੰਬੂ ਪਿਆ ਬਾਈ ਬੜਾ ਇਹ ਕੀ ਕੀ ਰੇਟ 'ਚ ਨੇ ਬਾਈ ਇਹ ਬਈ ਸਾਰਾ ਕੋਈ 150 ਕੋਈ 200 ਅਲੱਗ ਅਲੱਗ ਬਸ ਇਹਨਾਂ ਦੇ ਹਾਂ ਜੀ ਐਡੇ ਐਡੇ ਬੂਟੇ ਸਣੀ ਜੇ ਲੈ ਕੇ ਜਾਓਗੇ ਘੱਟ ਵੀ ਮਿਲ ਜਾਣਗੇ ਬਾਈ ਐਦੋਂ ਘੱਟ ਵੀ ਹਾਂ ਜੀ ਐਦੋਂ ਘੱਟ ਗੱਲਾਂ ਇਹ ਵੀ ਕੁਆਲਿਟੀ ਹੋਵੇ 150 ਦੀ ਇਹਨਾਂ ਦਾ ਘੱਟ ਕੀ ਹੋਊਗਾ ਯਾਰ ਕੁਆਲਿਟੀ ਲੈਣੀ ਹੈ ਬਾਈ ਫੇਰ ਤਾਂ ਰੇਟ ਮਹਿੰਗਾ ਆਊਗਾ ਬਈ ਜੇ ਸਸਤੀ ਜਿਵੇਂ ਇਹਨਾਂ ਦਾ ਕੀ ਰੇਟ ਆ ਜਿਹੜਾ ਇਹ ਬਈ ਪਊਗੀ 450 ਰੁਪਏ ਦੀ 450 ਦੀ ਤੇ ਚੱਲਣ ਵਾਸਤੇ ਮੈਨੂੰ ਐਂ ਦੱਸ ਜਿਵੇਂ ਚੱਲ ਬੂਟੇ ਦਾ ਆਪਾਂ ਹਰੇਕ ਲੈ ਲੈਂਦੇ ਆ ਹਨਾ ਹਾਂ ਜੀ ਤੁਸੀਂ ਰੇਟ ਵੀ ਸਸਤਾ ਦੇ ਦੋਗੇ ਵੀ ਬੂਟਿਆਂ ਨੂੰ ਚਲਾਉਣ ਵਾਸਤੇ ਵੀ ਵਧੀਆ ਤਰੀਕੇ ਨਾਲ ਬੂਟੇ ਚੱਲਣ ਹਨਾ ਹਾਂ ਪਾਣੀ ਦਾ ਬਾਈ ਗਰਮੀਆਂ ਦੇ ਮੂਹਰੇ ਪਾਣੀ ਦਾ ਧਿਆਨ ਰੱਖੇ ਬੰਦਾ ਫਿਰ ਬੂਟਾ ਹਰ ਇੱਕ ਚੱਲੂਗਾ
ਕੈਮਰਾਮੈਨ ਮਗਰ ਰਹਿ ਜਾਂਦਾ ਕਿਉਂ ਬਈ ਦਿਖਾਉਣ ਨੂੰ ਹੀ ਇੰਨਾ ਕੁਛ ਅਜੇ ਕਹੀਏ ਗੱਲ ਦਿਖਾਉਣ ਆਹ ਦੇਖ ਬਈ ਅੰਬ ਇਹ ਵੀ ਉਹੀ ਬੈਠੇ ਹੋ ਰਹੇ ਉਹੀ ਆਈ ਅਮਰਪਾਲੀ ਆਈ ਵਾਹ ਜੀ ਵਾਹ ਆਹ ਨਿੰਬੂ ਪਿਆ ਜੀ ਮਗਰ ਬੱਜੂ ਤੇ ਦੇਖ ਕੇ ਮਾੜਾ ਜਾ ਤੇ ਅੱਛਾ ਵਾਹ ਜੀ ਵਾਹ ਬਈ ਯਾਰ ਮੈਂ ਯਾਰ ਕਮਾਲ ਕਰੀ ਜਾਂਦਾ ਤੇ ਮਲੇਰਕੋਟਲੇ ਦੇ ਵਿੱਚ ਬਈ ਜਿਹੜੀ ਆਪਾਂ ਨਰਸਰੀ 'ਚ ਫਿਰਦੇ ਹਾਂ ਮੈਂ ਤੁਹਾਨੂੰ ਦੁਬਾਰੇ ਫੇਰ ਦੱਸਦਾ ਇੱਕ ਵਾਰੀ ਇਹ ਬਈ ਭਾਰਤ ਨਰਸਰੀ ਹੈ ਅਤੇ ਆਪਣੇ ਨਾਲ ਬਾਈ ਮੁੰਡਾ ਹੈਗਾ ਸਮੀਰ ਅਤੇ ਇਹਦੇ ਇਕੱਲੀ ਇਕੱਲੀ ਆਪਾਂ ਕਹਿ ਦਈਏ ਵੀ ਸੋਨੂ ਬਾਈ ਕਹਿੰਦਾ ਬੂਟੇ ਦੇਵਾਂਗੇ ਜਮ੍ਹਾਂ ਸਸਤੇ ਰੇਟਾਂ 'ਤੇ ਆਹ ਦੇਖ ਅੰਗੂਰਾਂ ਦਾ ਬਾਗ ਬਣਾਈ ਖੜ੍ਹੇ ਨੇ ਪਤੰਦਰ ਇੱਥੋਂ ਹੀ ਸਾਰੀ ਆਪਦੀ ਗ੍ਰਾਫਟਿੰਗ ਕਰਦੇ ਹੋ ਹੈ ਵੱਡੀ ਗੱਲਬਾਤ ਆ ਬਾਈ ਦੇਖੋ ਬਾਈ ਅੰਬ ਦਾ ਜਿਹਨੇ ਬਾਗ ਲਵਾਉਣਾ ਹੋਵੇ ਉਹ ਵੀ ਆ ਸਕਦਾ ਮਰੂਦਾਂ ਦਾ ਬਾਗ ਵਾਲਾ ਵੀ ਆ ਸਕਦਾ ਜਿਹੜਾ ਮਰਜ਼ੀ ਫਲਾਂ ਦਾ ਬਾਗ ਲਵਾਉਣਾ ਹੋਵੇ ਆਪਾਂ ਲਾ ਦਾਂਗੇ ਮਤਲਬ ਵੀ ਜਿਵੇਂ ਹੁਣ ਪਿੱਛੇ ਜੇ ਨਿੰਬੂ ਦਾ ਰੇਟ ਵਾਲਾ ਵੱਧ ਗਿਆ ਸੀ ਮੈਂ ਸੋਚਿਆ ਵੀ ਯਾਰ ਵੀ ਨਿੰਬੂ ਦਾ ਬਾਗ ਲਾਈਏ ਹੈ ਨਾ ਵੀ ਮਿਕਸ ਜਿਹਾ ਕਰਕੇ ਇੱਕ ਐਂ ਦੱਸ ਜੇ ਬੰਦਿਆਂ ਨੇ ਇੱਕ ਕਿੱਲੇ ਦੇ ਵਿੱਚ ਮਿਕਸ ਬਾਗ ਲਾਉਣਾ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਬੂਟੇ ਤੁਸੀਂ ਤੁਹਾਡਾ ਕੋਈ ਬਣਾਇਆ ਵਿਆਹ ਪਲਾਨ ਇੱਦਾਂ ਜੇ ਮਿਕਸ ਬਾਗ ਦੇ ਵਿੱਚ ਬਈ ਜੇ ਤਾਂ ਬੂਟਾ ਲਾਉਣਾ ਤੁਹਾਨੂੰ ਦਰਖਤ ਬਣਨ ਵਾਲਾ ਫਿਰ ਤਾਂ ਲੱਗੂਗਾ 10-12 ਫੁੱਟ ਤੇ ਸਾਰੇ ਦੋਸਤਾਂ ਨੂੰ ਇਹ ਨਿੰਬੂ ਦਾ ਵੀ ਬਾਈ ਜਿਵੇਂ ਆਪਾਂ ਆਪਣੇ ਖੇਤ ਨੇ ਜਿਹੜੇ ਹੈ ਨਾ ਸਮੀਰ ਵੀ ਉੱਥੇ ਆਲੇ ਦੁਆਲੇ ਸਾਰੇ ਕਿਤੇ ਵੀ ਫਲਾਂ ਵਾਲੇ ਰੁੱਖ ਹੋਣ ਘਰਾਂ ਦੇ ਵਿੱਚ ਸਜਾਵਟੀ ਹੋਣ ਹਨ ਉਹ ਸਾਰਾ ਤੁਸੀਂ ਪਲਾਨ ਕਰਕੇ ਦੇ ਦੋਗੇ ਹਾਂ ਜੀ ਹਾਂ ਬਾਈ ਜਿਵੇਂ ਪਾਰਕ ਲਵਾਉਣਾ ਹੋਵੇ ਲੈਂਡਸਕੇਪਿੰਗ ਦਾ ਕੰਮ ਵੀ ਆਪਾਂ ਕਰ ਦਾਂਗੇ ਅੱਛਾ A-to-Z ਜਿਵੇਂ ਕਹਿ ਦਈਏ ਸਾਰਾ ਕੰਮ ਵੀ ਤੁਸੀਂ ਦੇਖ ਲਓ ਭਰਾਵੋ ਪਾਰਕ ਲਵਾਉਣਾ ਹਨਾ ਤੇ ਬਾਗ ਲਵਾਉਣਾ ਕੋਈ ਵੀ ਚੀਜ਼ ਮਿਣਤੀ ਗਿਣਤੀ ਕੁਛ ਵੀ ਕਰਨੀ ਆ ਬਾਈ ਕਹਿੰਦੇ ਜਮ੍ਹਾਂ ਕਰਾਂਗੇ ਉਹ ਮਿਣਤੀ ਗਿਣਤੀ ਦਾ ਪੈਸਾ ਕੋਈ ਲਾਉਂਗੇ ਜਾਂ ਕੀ ਹੈ ਉਹਦੇ ਵਿੱਚ ਬਾਈ ਖਰਚਾ ਲਵਾਂਗੇ ਬਸ ਜਿਵੇਂ ਉਹ ਜਾਣ ਦਾ ਖਰਚਾ ਹੋਵੇ ਦਿਹਾੜੀ ਆਹੋ ਵੀ ਜਿੰਨਾ ਕੁ ਤੁਹਾਡਾ ਤੇਲ ਲੱਗਿਆਗਾ ਹਾਂ ਜੀ ਮੇਰਾ ਬਦਾਮਾਂ ਦਾ ਬੂਟਾ ਮਰ ਗਿਆ ਯਾਰ ਫਿਰ ਤੈਨੂੰ ਮੈਂ ਲੈ ਕੇ ਜਾਂਦਾ ਅੱਜ ਤੇ ਇਹ ਤੋਂ ਲੈ ਕੇ ਜਾਵਾਂਗੇ ਭਰਾਵੋ ਆਪਾਂ ਬਦਾਮਾਂ ਦਾ ਬੂਟਾ ਕਹਿੰਦੀ ਬੰਦੇ ਨੂੰ ਕਢਵਾ ਦੀ ਹੋਣੀ ਹੈ ਨਾ ਤੇ ਵਾਹ ਜੀ ਵਾਹ ਕਮਾਲ ਕਰੀ ਪਈ ਆ ਯਾਰ ਹੈ ਤੁਹਾਡਾ ਤਾਂ ਮਤਲਬ ਵੀ ਜੇ ਆਪਾਂ ਇੱਕ ਬੂਟਾ ਨਿੰਬੂ ਆ ਹਨਾ ਨਿੰਬੂਆਂ ਦੀਆਂ ਤੁਹਾਡੇ ਕੋਲ ਕਿੰਨੀਆਂ ਵਰਾਇਟੀਆਂ ਹੋਣਗੀਆਂ ਨਿੰਬੂ ਦੀਆਂ ਬਈ ਆਪਣੇ ਲਵੇ ਤਿੰਨ ਵਰਾਇਟੀਆਂ ਮਿਲ ਜਾਣਗੀਆਂ ਜਿਹੜੀਆਂ ਵਧੀਆ ਨੇ ਅੱਛਾ ਵਧੀਆ ਵੀ ਜਾਨੀ ਕਿ ਰੱਖਦੇ ਤੁਸੀਂ ਵਰਾਇਟੀ ਵਧੀਆ ਹੀ ਹੋ ਹਾਂ ਰੱਖਦੇ ਆਪਾਂ ਵਰਾਇਟੀ ਸਾਰੀ ਵਧੀਆ ਆ ਕਿਤੇ ਕੋਈ ਬੰਦਾ ਮੈਨੂੰ ਐਂ ਨਾ ਕਹਿੰਦੇ ਕਾਹਨੂੰ ਲਾਂਭਾ ਨਾ ਦੇ ਦੋ ਵਰਾਇਟੀਆਂ ਮਿਲ ਜਾਣਗੀਆਂ ਇੱਕ ਆ ਬਗਵਾ ਹੁੰਦਾ ਇੱਕ ਗੰਧਾਰੀ ਹੁੰਦਾ ਹਾਂ ਇਹ ਦੋ ਆਈਟਮਾਂ ਮਿਲ ਜਾਣਗੀਆਂ ਪੂਰੀਆਂ ਵਧੀਆ ਹਾਂ ਪੂਰੀ ਤੇ ਇਹ ਹੈ ਜਿਹੜੇ ਫਲ ਫਰੂਟ ਕਿੰਨੇ ਟਾਈਮ ਚ ਗੰਧਾਰੀ ਦਾ ਫਰੂਟ ਥੋੜਾ ਜਿਹਾ ਛੋਟਾ ਹੋਊਗਾ ਬਈ ਜਿਹੜਾ ਬਗਵਾ ਹੈ ਇਹਦਾ ਫਰੂਟ ਬੜਾ ਹੋਊਗਾ ਥੋੜਾ ਸਾਈਜ਼ ਬੜਾ ਹੋਊਗਾ ਆਹ ਕੀ ਚੀਜ਼ ਆ ਬਈ ਇਹ ਚਕੋਤਰਾ ਬਈ ਚਕੋਤਰਾ ਵਾਹ ਜੀ ਵਾਹ ਫਲ ਚੱਕੀ ਖੜਾ ਹੈ ਹਾਂ ਜੀ ਨਾਲ ਦੀ ਆ ਜਿਹੜਾ ਲਵਾ ਗਈ ਆਹ ਕਟਹਲ ਬਈ ਹਾਂ ਜੀ ਵਾਹ ਜੀ ਵਾਹ ਕਮਾਲ ਆਹ ਕਟਹਲ ਆ ਗਈ ਆਹ ਵੀ ਕਟਹਲ ਆੜੂ ਆੜੂ ਇਹ ਆੜੂ ਹੈਗਾ ਇਹ ਇੱਕ ਗੱਲ ਮੈਨੂੰ ਹੋਰ ਦੱਸ ਆੜੂ ਤੇ ਬਦਾਮ ਦੇ ਪੱਤੇ ਇੱਕ ਨਾਲ ਦੇ ਨੇ ਹਨਾ ਮਾੜਾ ਜਿਹਾ ਫਰਕ ਹੁੰਦਾ ਬਦਾਮ ਫੁੱਲ ਹੁੰਦਾ ਹਨਾ ਹਾਂ ਜੀ ਬਦਾਮ ਦਾ ਪੱਤਾ ਥੋੜਾ ਜਿਹਾ ਲੰਬਾ ਹੋਊਗਾ ਆੜੂ ਦਾ ਥੋੜਾ ਜਿਹਾ ਚੌੜਾ ਹੁੰਦਾ ਬਈ ਆਹ ਵੀ ਕਟਹਲ ਹਾਂ ਜੀ ਇਹ ਕਟਹਲ ਹੈ ਵੀ ਇਹ ਗ੍ਰਾਫਟਿੰਗ ਵਾਲੀ ਬਈ ਸੇ ਗ੍ਰਾਫਟਿੰਗ ਵਾਲੀ ਠੀਕ ਹੈ ਕਮਾਲ ਆ ਬਈ ਚੀਕੂ ਆ ਗਿਆ ਅਸ਼ੋਕਾ ਆ ਗਿਆ ਬਈ ਸਾਰੀਆਂ ਵਰਾਇਟੀਆਂ ਮਿਲ ਜਾਣਗੀਆਂ ਫਰੂਟ ਦੇ ਵਿੱਚ ਬਿਲਕੁਲ ਬਿਲਕੁਲ ਤੇ ਜੇ ਕਿਸੇ ਵੀਰ ਨੇ WhatsApp ਤੇ ਜਾਣਕਾਰੀ ਲੈਣੀ ਹੈ ਹਨਾ ਉਹ ਵੀ ਦੇ ਦਾਂਗੇ ਆਹ ਕੀ ਚੀਜ਼ਾਂ ਨੇ ਬਈ ਇਹ ਬਈ ਕਰੋਟਨ ਹੈ ਕੋਰੇ ਨਾਲ ਫੂਗੇ ਆ ਬੂਟਾ ਇਹ ਕੋਰੇ ਨਾਲ ਉਹ ਹੋ ਗਏ ਕੋਰੇ ਹਾਂ ਜਿਵੇਂ ਸਾਡੇ ਵੀ ਖੇਤਾਂ ਦੇ ਵਿੱਚ ਬੂਟੇ ਹੋ ਗਏ ਕੋਰੇ ਕੋ ਸਕਦਾ ਕਿ ਬਈ ਕੋਰਾ ਪਿਆ ਵਾਲਾ ਕੋਰੇ ਨੇ ਤਾਂ ਬਈ ਐਵੋਕਾਡੋ ਦਾ ਆ ਐਵੋਕਾਡੋ ਦਾ ਹਾਂ ਜੀ ਠੀਕ ਹੈ ਬਈ ਐਵੋਕਾਡੋ ਦਾ ਤਾਂ ਬਹੁਤ ਯਾਰ ਜ਼ੋਰ ਚੱਲਿਆ ਹਨਾ ਲੋਕ ਕਿਉਂ ਕਹਿੰਦੇ ਅਮਰੀਕਾ ਦਾ ਫਲ ਆ ਬਈ ਇਹ ਤੇ ਇਹ ਉਹਦੇ ਵਰਗਾ ਹੁੰਦਾ ਲਾਈਕ ਗ੍ਰਨੇਡ ਨਹੀਂ ਹੁੰਦਾ ਜਿਵੇਂ ਹਨਾ ਉਹਦੇ ਵਾਂਗੂ ਫਰੂਟ ਲੱਗਦਾ ਕਦੇ ਤੁਹਾਨੂੰ ਦੱਸੂ ਕਹਾਣੀ ਅਮਰੀਕਾ ਦੇ ਵਿੱਚ ਇੱਕ ਮੁੰਡਾ ਟਰੱਕ ਨੂੰ ਲੋਡ ਕਰਕੇ ਮੱਖਣ ਫਲ ਹਾਂ ਮੱਖਣ ਫਲ ਕਹਿ ਦਿੰਦੇ ਆ ਬਿਲਕੁਲ ਬਿਲਕੁਲ ਤੇ ਇਹ
ਖੰਜੂਰਾਂ ਦਾ ਵੀ ਮਿਲ ਜੂਗਾ ਬਈ ਇਹ ਖੰਜੂਰਾਂ ਦਾ ਆਵਾਕਾਡੋ ਦੇ ਬੂਟੇ ਦਾ ਕੀ ਰੇਟ ਹੈ ਆਵਾਕਾਡੋ ਦਾ ਬਈ ਜਿਹੜਾ ਦੇਸੀ ਵਾਲਾ 200 ਰੁਪਏ ਦਾ ਜਿਹੜਾ ਹਾਈਬ੍ਰਿਡ ਆ ਉਹਦੇ ਵਿੱਚ ਅਲੱਗ ਅਲੱਗ ਸੇਜ ਆ ਜਾਣਗੇ ਅਲੱਗ ਅਲੱਗ ਰੇਟ ਆ ਜਾਣਗੇ ਅੱਛਾ ਦੇਸੀ ਤੇ ਹਾਈਬ੍ਰਿਡ ਦਾ ਕੀ ਫਰਕ ਹੈ ਆਵਾਕਾਡੋ 'ਚ ਹੈ ਗ੍ਰਾਫਟਿੰਗ ਹੋਇਆ ਹੁੰਦਾ ਉਹਨੂੰ ਫਲ ਛੇਤੀ ਚੱਕ ਪੈਂਦਾ ਬਈ ਜਿਹੜਾ ਗ੍ਰਾਫਟਿੰਗ ਹੋਇਆ ਹੁੰਦਾ ਬੂਟਾ ਹਾਈਬ੍ਰਿਡ ਹੁੰਦਾ ਜਿਹੜਾ ਦੇਸੀ ਹੁੰਦਾ ਉਹਨੂੰ ਬਸ ਉਹ 2-3 ਸਾਲ ਫਲ ਲੇਟ ਲੱਗਦਾ 2-3 ਸਾਲ ਲੇਟ ਲੱਗਦਾ ਤੇ ਜਿਹੜਾ ਉਹ ਔਲੇ ਦੇ ਪੈਣੇ ਹੁਣ ਹਾਂ ਜੀ ਉਹ ਔਲਿਆਂ ਦਾ ਪਿਆ ਜੀ ਠੀਕ ਹੈ ਔਲਿਆਂ ਦਾ ਬੂਟਾ ਮਿਲ ਜੂ ਬਈ ਉਹਦੀ ਹਿਲਕ ਛੋਟੀ ਹੋਊਗੀ ਅੱਛਾ ਜਾਮਣ ਦੇ ਬੂਟਾ ਦੀ ਇੱਕ ਵਾਈਟ ਜਾਮਣ ਵੀ ਮਿਲ ਜੂ ਜਿਹੜੀ ਚਿੱਟੀ ਜਾਮਣ ਕਹੇ ਹੁੰਦੇ ਆ ਅੱਛਾ ਤੇ ਜਿਹੜਾ ਇਹ ਔਲਿਆਂ ਦਾ ਬੂਟਾ ਇਹ ਵੀ ਕਿੰਨੇ ਟਾਈਮ 'ਚ ਫਲ ਚੱਕ ਲੂਗਾ ਇਹ ਬਈ 2 ਸਾਲ ਬਾਅਦ ਵਧੀਆ ਫਲ ਦੇਣ ਲੱਗ ਜੂ 2 ਸਾਲ ਬਾਅਦ ਹੈ ਬਾਕੀ ਇੱਧਰ ਬਈ ਇੰਡੋ ਇੱਧਰ ਦੀ ਹੋਈ ਹੈ ਆਹ ਸਾਰੇ ਆ ਗਏ ਇੰਦੌਰ ਹੈ ਇੱਧਰ ਦੇਖ ਲਓ ਆਹ ਫੌਕਸ ਹਾਂ ਇਹ ਵੀ ਦਿਖਾ ਦਿਓ ਦੂਬਾ ਚੱਲਾਂਗੇ ਉਧਰ ਪਾਰਕਾਂ ਪਾਰਕਾਂ ਦੇ ਵਿੱਚ ਲੱਗਣ ਨੂੰ ਬਈ ਜਿਵੇਂ ਘਰ ਬਾਉਂਡਰੀ ਤੇ ਲਾਉਣਾ ਅਸੇ ਵੱਡੇ ਹੋਣੇ ਕਿ ਪਾਮ ਕਹਿੰਦੇ ਇਹਨੂੰ ਹਾਂ ਜੀ ਇਹਦਾ ਕੀ ਰੇਟ ਮਿਲ ਜਾਂਦਾ ਇਹ ਦੱਸ ਜਿਹੜਾ ਬਈ ਆਹ ਆ ਬੂਟਾ ਆ ਸਾਰਾ ਤੁਹਾਨੂੰ ਮੰਨ ਕੇ ਚੱਲੋ 500 ਰੁਪਏ ਦਾ ਮਿਲ ਜੂਗਾ ਆਹਾ ਬੂਟਾ ਐਡਾ 500 ਫੁੱਟ ਦੀ ਹਾਈਟ ਹੈ ਇਹਦੀ 8 ਫੁੱਟ ਦੀ ਤੇ ਉਹ ਜਿਹੜੇ ਦੂਜੇ ਪਏ ਉਹ ਬੜੇ ਆ ਗਏ ਬਈ ਉਹ 10-10 ਫੁੱਟ ਦੇ ਆ ਗਏ ਇੱਕ ਆ ਆ ਗਿਆ 12-13 ਫੁੱਟ ਦਾ ਇਹ 13 ਫੁੱਟ ਦਾ ਯਾਨੀ ਕਿ ਇਹਦਾ ਬਣੇ ਬਣਾਈ ਆ ਗਏ ਹਨਾ ਹਾਂ ਜੀ ਦੇਖ ਲਓ ਬਾਈ ਯਾਰ ਹਨਾ ਜਾ ਕੇ ਲਾਈ ਦੇਣੇ ਨੇ ਦੇਖ ਲਓ ਬਾਈ ਇਹਨਾਂ ਦੇ ਬਜ਼ੁਰਗਾਂ ਨੇ ਉਦੋਂ ਕੀ ਸੋਚ ਕੇ ਨਰਸਰੀਆਂ ਕਰੀਆਂ ਹੋਣਗੀਆਂ ਹਨਾ ਤੇ ਅੱਜ ਆਪਾਂ ਨੂੰ ਕਿੰਨਾ ਕੰਮ ਦੇ ਰਹੀਆਂ ਨੇ ਬਾਈ ਮਿਹਨਤ ਕਰਨ ਦੀ ਵੀ ਲੋੜ ਨਹੀਂ ਆਪਾਂ ਕਹਿੰਦੇ ਵੀ ਚੀਜ਼ ਲਿਆ ਕੇ ਲਾਈ ਦੇਣੀ ਆ ਜਿਵੇਂ ਫੇਸਬੁੱਕ ਤੇ ਪਹਿਲਾਂ ਅਸੀਂ ਤਾਂ ਘੁੰਮ ਘੁੰਮ ਕੇ ਫੋਲੋਵਰ ਇਕੱਠੇ ਕਰੇ ਅੱਜ ਕੱਲ੍ਹ ਜੇ ਕਿਸੇ ਨੇ ਪੇਜ ਲੈਣਾ ਅਸੀਂ ਸਿੱਧੇ ਨੂੰ ਸਿੱਧਾ ਮੋਨੀਟਾਈਜ਼ ਹੋਇਆ ਪੇਜ ਵੀ ਕਹਿ ਦਿੰਦੇ ਵੀ ਚੱਕ ਫੜ ਯਾਰ ਵੀ ਤੂੰ ਕੰਮ ਕਰ ਪਰ ਕੰਮ ਕਰ ਵੀ ਮੋਨੀਟਾਈਜ਼ ਕਰਿਆ ਹੋਇਆ ਪੇਜ ਵੀ ਲੈਣਾ ਫੋਲੋਵਰ ਵੀ ਮਿਲਣਗੇ ਤੈਨੂੰ ਵਿੱਚ ਇਕੱਲੇ ਫੋਲੋਵਰ ਲੈਣ ਦੇ ਉਹ ਦਵਾ ਦਿੰਦੇ ਆ ਵੀ ਨਰਸ ਕੰਮ ਸਿਖਾਲਾ ਕਰਤਾ ਲੋਕਾਂ ਦਾ ਹਨਾ ਤੇ ਘਰਾਂ ਦੇ ਵਿੱਚ ਹੋਰ ਨਹੀਂ ਗੁਲਾਬ ਦਾ ਬੂਟਾ ਤਾਂ ਮੈਂ ਕਹਿੰਦਾ ਵੀ ਹਰੇਕ ਬੰਦਾ ਲਾਓ ਯਾਰ ਹਨਾ ਗੁਲਕੰਦ ਬਣਾ ਕੇ ਖਾਓ ਸੁਭਾਅ ਠੰਡਾ ਹੁੰਦਾ ਵਧੀਆ ਨੇਚਰ ਆਪਣਾ ਉਹ ਹੁੰਦਾ ਹਨਾ ਤੇ ਉੱਪਰ ਦੀ ਦਿਖਾ ਦਈਏ ਕਿ ਅਸੀਂ ਮੁੜ ਚੱਲੀਏ ਇੱਧਰ ਦੀ ਹਨਾ ਆ ਜਾ ਉੱਧਰ ਦੀ ਫੜ ਦਿਆਂਗੇ ਜਾ ਕੇ ਇੱਥੋਂ ਦੀ ਐਂ ਨਿਕਲ ਚੱਲਾਂਗੇ ਹਨਾ ਇਹ ਆਹ ਵੀ ਆਪਣੀ ਹੈ ਅੱਛਾ ਇਹ ਸਾਰੀ ਥੋੜੀ ਨਰਸਰੀ ਹੈਗੀ ਜਾਣੀ ਕਿ ਗੱਲ ਕਰੀਏ ਠੀਕ ਹੈ ਠੀਕ ਹੈ ਠੀਕ ਹੈ ਬਈ ਮੈਂ ਕਹਿੰਦਾ ਵੀ ਤੁਸੀਂ ਜੇ ਇਹਨਾਂ ਦੀ ਨਰਸਰੀ ਦੇ ਵਿੱਚ ਆਉਣਾ ਤਾਂ ਇਹਦੇ ਥੱਲੋਂ ਨਹੀਂ ਹੋ ਜਾ ਮੇਰੇ ਖਿਆਲ ਨਾਲ ਵੀ ਆਪਦਾ ਸਾਧਨ ਲੈ ਕੇ ਆਓ ਓਹੋ ਸਾਧਨ ਲੈ ਕੇ ਆਓ ਤੇ ਤੁਹਾਡੇ ਉਰੋਂ ਬੂਟੇ ਕੋਈ ਨਾ ਕੋਈ ਫਿੱਟਦਾ ਹੀ ਜਾਣਗੇ ਜੇ ਕਹਿੰਦੀ ਵੀ ਥੋੜੇ ਜਿਹੇ ਰੁਪਈਆਂ 'ਚ ਤੁਹਾਨੂੰ ਬਹੁਤ ਬੂਟੇ ਮਿਲ ਜਾਣਗੇ ਆਹ ਬੂਟਾ ਕਾਹਦਾ ਬਾਈ ਰੋਕ ਏਰੀਆ ਦਾ ਬਾਈ ਅੱਛਾ ਹਾਂ ਤੇ ਇੱਕ ਮੈਨੂੰ ਹੋਰ ਦੱਸ ਪਿੱਛੇ ਜੇ ਇੱਕ ਫਲ ਆਪਣੇ ਪੰਜਾਬ 'ਚ ਫੇਮਸ ਹੋਇਆ ਸੀ ਤੇ ਸੀਤਾ ਫਲ ਹਾਂ ਉਹ ਵੀ ਮਿਲ ਜੂਗਾ ਬਾਈ ਇਹ ਜ਼ਿਆਦਾ ਕਹਿੰਦੇ ਬਾਈ ਓਏ ਉਹ ਦੇਖੋ ਦਿਖਾਓ ਓਏ ਹੈ ਚਾਈਨਾ ਔਰੇਂਜ ਨਰੰਗੀ ਹੈ ਹਾਂ ਇਹ ਨਰੰਗੀ ਹੁੰਦਾ ਮਤਲਬ ਨਿੰਬੂ ਹੀ ਹੈ ਹਾਂ ਇਹ ਨਿੰਬੂ ਦੀ ਕਿਸਮ ਹੈ ਅੱਛਾ ਉਹ ਇਹਨੂੰ ਕਹਿੰਦੇ ਨਰੰਗੀ ਦਿੰਦੇ ਪਤੰਦਰ ਫਲ ਨਾਲ ਭਰਿਆ ਪਿਆ ਯਾਰ ਇਹਦਾ ਵਾਹ ਜੀ ਵਾਹ ਤੇ ਇਹ ਤੁਸੀਂ ਇੱਥੇ 24 ਘੰਟੇ ਹੀ ਹੁੰਦੇ ਹੋ ਨਹੀਂ ਬਾਈ ਅੱਛਾ ਸਵੇਰੇ 8 ਵਜੇ ਖੁੱਲਦੀ ਆ ਬਾਈ ਰਾਤ ਨੂੰ 9 ਵਜੇ 10 ਵਜੇ ਬੰਦ ਅੱਛਾ ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਹਾਂ ਜੀ ਠੀਕ ਆ ਠੀਕ ਆ ਠੀਕ ਹੈ ਬਾਈ ਮੈਨੂੰ ਤਾਂ ਯਾਰ ਬੜਾ ਵਧੀਆ ਲੱਗਿਆ ਸਿਸਟਮ ਇੰਡੋਰ ਪਲਾਂਟ ਆ ਗਏ ਇੱਧਰ ਆ ਸਾਰੇ ਇੰਡੋਰ ਹਾਂ ਜੀ ਤੇ ਆਪ ਖੁਰਾਕਾਂ ਦੇ ਇਹਦੇ ਪਾਲੇ ਵੇ ਨੇ ਹਨਾ ਤੇ ਆਹ ਕੀ ਆ ਬਾਈ ਇਹ ਰਫਟ ਪਲਾਂਟ ਜੀ ਹੈ ਰਫਟ ਪਲਾਂਟ ਰਫਟ ਰਫਟ ਪਲਾਂਟ ਬਾਈ ਇਹ ਗ੍ਰੀਨ ਵਾਲਾ ਇਹਦਾ ਕੀ ਉਹ ਹੁੰਦਾ ਮਤਲਬ ਬਾਈ ਗ੍ਰੀਨਰੀ ਰਹਿੰਦੀ ਆ ਬਾਈ ਗ੍ਰੀਨਰੀ ਹਰੇ 12 ਮਹੀਨੇ 30 ਦਿਨ ਠੀਕ ਆ ਠੀਕ ਆ ਠੀਕ ਆ ਅੱਛਾ ਗਮਲੇ ਗੁਮਲੇ ਵੀ ਹੈਗੇ ਇੱਧਰ ਹੈ ਹਾਂ ਜੀ ਯਾਰ ਤੁਸੀਂ ਤਾਂ ਬੜਾ ਸ਼ਰਾ ਕੰਮ ਕਰੀ ਖੜੇ ਹੋ ਤੇ ਕਹਿੰਦੇ ਡੱਡੂ ਭਰਾਵੋ ਡੱਡੂ ਗਮਲਾ ਆ ਗਿਆ ਇਹ ਦੇਖ ਲਓ ਡੱਡੂ ਵੀ ਸਾਲ ਮਾਰ ਕੇ ਆ ਗਿਆ ਤੁਹਾਡੇ ਕਹਿਣੀ ਤੇ ਆਹ ਦੂਜੇ ਗਮਲੇ ਹੋ ਗਏ ਆ ਦਿਖਾਈ ਉੱਧਰ ਨੂੰ ਤੇ ਆਹ ਸਾਰੇ ਸੀਜ਼ਨਲ ਨੇਗੇ ਨਾ ਨਾ ਇਹ ਪੱਕੇ ਨੇ ਬਾਈ ਅੱਛਾ ਪੱਕੇ ਨੇ ਇਹ ਆਹ ਜਿਵੇਂ ਫੁੱਲਾਂ ਦਾ ਬੂਟਾ ਕਿੰਨੇ ਦਾ ਬਾਈ ਇਹ 100 ਰੁਪਏ ਦਾ ਜੀ 100 ਰੁਪਏ ਦਾ ਹਾਂ ਤੇ ਆਹ ਜਿਹੜੇ ਇਹ 200 ਰੁਪਏ ਦਾ ਜੀ 200 ਦਾ ਤੇ ਆਹ ਬਾਈ ਯਾਰ ਇਹਦਾ 250 ਰੁਪਏ ਦਾ ਬਾਈ ਬੂਟਾ ਇਹਦਾ ਬੜਾ ਸੋਹਣਾ ਲੱਗਦਾ ਯਾਰ ਹੈ ਹਾਂ ਜੀ ਬਾਈ ਦੇਖੋ ਓਏ ਇਹਦੇ ਪੱਤੇ ਹੀ ਨੇ ਹਾਂ ਬਾਈ ਰੈਡੀ ਰਹਿਣਗੇ ਅੱਛਾ ਨਵੇਂ ਵੀ ਆਉਣਗੇ ਹਾਂ ਨਵੇਂ ਵੀ ਆਈ ਜਾਣਗੇ ਬਾਈ ਅੱਛਾ ਇਹ ਇੰਡੋਰ ਰੱਖਣ ਨੂੰ ਆ ਬਾਈ ਇੰਡੋਰ ਹੈ ਆ ਜਾਓ ਬਾਈ ਇੱਧਰ ਦਿਖਾ ਦਈਏ ਯਾਰ ਆਹ ਦੇਖੋ ਸਮਾਨ ਸਾਰਾ ਤੇ ਖਾਦਾਂ ਖੁਦਾਂ ਹੀ ਪਈਆਂ ਨੇ ਯਾਰ ਇਹਨਾਂ ਕੋਲ ਤਾਂ ਕੁਛ ਹਨਾ ਮਿਲ ਜਾਣਗੀਆਂ ਹੈ ਹਾਂ ਜੀ ਆ ਜਾਓ ਖਾਦ ਵੀ ਦਿਖਾ ਦਈਏ ਮੜਾ ਤੁਹਾਨੂੰ ਹਨਾ ਤੇ ਦੇਖਿਓ ਅੰਕਲ ਜੀ ਤੇ ਆਹ ਦੇਖ ਬਾਈ ਯਾਰ ਕਮਾਲ ਖਰੀਦੀ ਹੈ ਅੱਛਾ ਖਾਦਾਂ ਖੁਦਾਂ ਵੀ ਪਾਉਣ ਨੂੰ ਦਿੰਦੇ ਹੋ ਉਸ ਵੀ ਚਾਹੀਦਾ ਉਹ ਹੈ ਠੀਕ ਹੈ ਆਪਣੇ ਕੋਲ ਜਿਵੇਂ ਇਹਨਾਂ ਦੇ ਬੀਜ ਵਗੈਰਾ ਵੀ ਮਿਲ ਜਾਂਦੇ ਹੈਗੇ ਨਾ ਪਲਾਂਟ ਦੇ ਬਈ ਬੀਜ ਨਹੀਂ ਪਲਾਂਟ ਦਾ ਬੀਜ ਨਹੀਂ ਮਿਲਦਾ ਹੈ ਆ ਜਾ ਫਿਰ ਮੜੀ ਗੱਲ ਸੀਜ਼ਨਲ ਦਾ ਹੀ ਬੀਜ ਮਿਲੂਗਾ ਬਾਈ ਅੱਛਾ ਵੀ ਜਿਹੜਾ ਸੀਜ਼ਨਲ ਹੋਊਗਾ ਉਹਦਾ ਬੀਜ ਮਿਲੂਗਾ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਆਹ ਦੇ ਬਾਈ ਯਾਰ ਮੈਂ ਕਹਿੰਦਾ ਯਾਰ ਨਰਸਰੀ 'ਚ ਐਂ ਪਤਾ ਨਹੀਂ ਲੱਗਦਾ ਸਣੀ ਵੀ ਕਿੱਧਰ ਨੂੰ ਜਾਈਏ
ਕਿੱਧਰ ਨੂੰ ਛੱਡੀਏ ਹੈ ਨਾ। ਬਿਲਕੁਲ ਆਹ ਦੇਖੋ ਬਾਈ ਯਾਰ ਸਾਰਾ ਕੁੱਲ ਏ ਟੂ ਜੈਡ ਚੀਜ਼ ਆ ਓਕੇ ਆ। ਅਤੇ ਹੁਣ ਆਪਾਂ ਬਾਈ ਨਾਲ ਕਰਦੇ ਹਾਂ ਨਾ ਖੜ ਕੇ ਗੱਲ, ਅਤੇ ਮੈਨੂੰ ਐਂ ਦੱਸ ਮਤਲਬ ਵੀ ਬੂਟਿਆਂ ਸੰਬੰਧੀ ਕੋਈ ਵੀ ਕੰਮ ਕਾਰ ਆ ਸਾਰਾ ਤੁਸੀਂ ਏ ਟੂ ਜੈਡ ਹੱਲ ਕਰ ਲਓ ਹੈ। ਤੁਸੀਂ ਉਰੇ ਕੀ ਸਰਵਿਸ ਪ੍ਰੋਵਾਈਡ ਕਰਦੇ ਹੋ ਵੀ ਬੰਦਾ ਆਉਂਦਾ ਤੁਹਾਡੇ ਕੋਲ, ਮੰਨ ਲਓ ਕੋਈ ਨਵਾਂ ਬੰਦਾ ਆਉਂਦਾ ਕਿਸੇ ਦਾ ਘਰੇ ਬਿੱਘਾ ਦੋ ਬਿੱਘੇ ਜਗ੍ਹਾ ਖਾਲੀ ਪਈ ਆ, ਉਤੋਂ ਨਹੀਂ ਆਪਦਾ ਕਮਾਈ ਦਾ ਸਾਧਨ ਕਰਦਾ ਹੈ ਨਾ। ਤਾਂ ਉੱਥੇ ਵੀ ਜਿਵੇਂ ਫੁੱਲਾਂ ਵਾਲੇ ਫਲਾਂ ਵਾਲੇ ਬੂਟੇ ਹੋ ਗਏ, ਅਗਲੇ ਨੂੰ ਰਿਕੁਆਇਰਮੈਂਟ ਦੱਸ ਦਿੰਦੇ ਆ ਵੀ ਕਾਹਦੀ ਕਾਹਦੀ ਆ ਬਾਈ। ਹਾਂ ਅਗਲੇ ਨੂੰ ਐਂ ਵੀ ਦੱਸ ਦਈਦਾ ਵੀ ਹੋ ਸਕਦਾ ਵਿੱਚ ਤੁਹਾਨੂੰ ਜਿਹੜਾ ਮਰਜ਼ੀ ਬੂਟਾ ਲੈ ਜਾਓ ਤੁਹਾਨੂੰ ਚੱਲੂਗਾ। ਹਾਂ ਡਿਗੂਗੀ ਬੂਟਾ ਬਾਈ ਵੀ ਉਹ ਆਹ ਰੇਟ ਆਊਗਾ ਤੇ ਤੁਸੀਂ ਆਹ ਆਪਦਾ ਪੌਦੀ ਹਾਊਸ ਬਣਾਇਆ ਪਿਆ, ਇਹ ਵੀ ਦਿਖਾ ਦਈਏ ਵਿੱਚ ਇਹਦੇ ਵਿੱਚ ਕੀ ਹੈਗਾ ਬੂਟੇ ਹੈਗੇ ਹੁਣ ਜਾਂ ਹੈ ਨਹੀਂ ਕੁਛ ਨਹੀਂ ਹੈਗਾ ਬਾਈ ਅਜੇ, ਅਸੀਂ ਇਹ ਪਹਿਲਾ ਕੰਮ ਲਿਆ ਹੋਊ ਤੋਂ ਹੈ। ਅੱਛਾ ਬਾਈ ਤੁਸੀਂ ਦੇਖੋ ਤਾਂ ਸਹੀ ਭਰਾਵੋ ਪੌਲੀ ਹਾਊਸ ਬਣਾਈ ਖੜੇ ਨੇਗੇ ਵੀ ਐਂ ਵੀ ਬੂਟੇ ਤਿਆਰ ਕਰਦੇ ਜਿਹੜੀ ਗੱਲ ਹੈ। ਹਾਂ ਬਸ ਆ ਜਾ ਤੇ ਤਿਆਰ ਕਰਦੇ ਆ ਚੀਜ਼ਾਂ ਕੁੱਲ ਮਿਲਾ ਕੇ ਬਾਈ ਜਿਵੇਂ ਰਾਧਾ ਸਤਸੰਗ ਘਰ ਦੇ ਵਿੱਚ ਲੱਗਦੇ ਨਹੀਂ ਹੈਗੇ ਉਹ ਵੀ ਮਿਲ ਜਾਣਗੇ ਬਾਈ। ਡਰੈਗਨ ਫਰੂਟ ਹੈ ਇਹ, ਡਰੈਗਨ ਫਰੂਟ ਆ ਬਾਈ। ਵਾਹ ਜੀ ਵਾਹ। ਤੇ ਤੁਹਾਡਾ ਮੋਬਾਈਲ ਨੰਬਰ ਦੱਸ ਮੈਨੂੰ, ਗੱਲਾਂ ਹੋ ਗਈਆਂ ਬਹੁਤ ਜ਼ਿਆਦਾ, ਤੇ ਤੇਰਾ ਮੋਬਾਈਲ ਨੰਬਰ ਬੋਲ ਕੀ ਆ? 9872297761। ਅੱਛਾ ਇੱਕ ਵਾਰੀ ਪੰਜਾਬੀ 'ਚ ਵੀ ਬੋਲਦੇ? 9872297661। ਮਿੱਤਰੋ ਸਮੀਰ ਖੜੇ 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 ਜਾ ਸਮੀਰ ਖਾਨ ਇਹਦਾ ਭਰਾ ਨਾਂ ਗਾ, ਉਹ ਕੀ ਕਹਿੰਦੀ ਕਹਿੰਦਾ ਐਪਲ ਵੀ ਰਹੇਗੀ, ਐਪਲ ਵੀ ਮਿਲ ਜੂ, ਕਸ਼ਮੀਰੀ ਐਪਲ ਵੀ ਮਿਲ ਜੂ, ਇੱਕ ਰੈਡ ਹੁੰਦਾ। ਤੁਸੀਂ ਐਂ ਮੰਨ ਲਓ ਵੀ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਇਹਨਾਂ ਕੋਲ ਹੈ ਨਹੀਂ, ਸਭ ਕੁਛ ਮਿਲ ਜੂ, ਥੋਕ 'ਚ ਵੀ ਮਿਲ ਜੂ, ਕੱਲੇ ਕੱਲਿਆਂ 'ਚ ਵੀ ਮਿਲ ਜੂ ਹੈ ਨਾ। ਠੀਕ ਆ ਬਾਈ, ਵੀਡੀਓ ਸ਼ੇਅਰ ਕਰ ਦਿਓ, ਬਾਕੀ ਇਹਨਾਂ ਦੀਆਂ ਛੋਟੀਆਂ ਛੋਟੀਆਂ ਰੀਲਾਂ ਉਹ ਵੀ ਤੁਹਾਡੇ ਅੱਗੇ ਪੇਸ਼ ਕਰਾਂਗੇ ਹੈ ਨਾ। ਠੀਕ ਆ ਸਮੀਰ ਬਾਈ, ਚੜ੍ਹਦੀ ਕਲਾ, ਅਤੇ ਸਾਡੇ ਦਰਸ਼ਕਾਂ ਦਾ ਖਿਆਲ ਰੱਖੀ, ਜੇਕਰ ਕੋਈ ਬੂਟਾ ਲੈ